प्यारे बच्चों 14.1 एक्सरसाइज ਦਾ ਤੀਜਾ ਕੁਐਸਚਨ ਜਿਹੜਾ ਆਪਣਾ ਰਹਿੰਦਾ ਸੀਗਾ ਮੈਂ ਕਿਹਾ ਸੀ ਮੈਂ ਵੀਡੀਓ ਬਣਾ ਕੇ ਪਾ ਦਾਂਗਾ ਤੇ ਤੇ ਆ ਕੁਐਸਚਨ ਹੈ ਹੇਠ ਦਿੱਤੀ ਵੰਡ ਸਾਰਨੀ ਇੱਕ ਮਹੌਲੇ ਦੇ ਬੱਚਿਆ ਦਾ ਰੋਜ਼ਾਨਾ ਜੇਬ ਖਰਚਾ ਨੂੰ ਦਰਸਾਉਂਦੀ ਹੈ ਮਦਮਨ ਜੇਬ ਖਰਚਾ 18 ਰੁਪਏ ਹੈ ਅਗਿਆਤ ਬਾਰੰਬਾਰਤਾ f ਪਤਾ ਕਰੋ ਇਸ ਕੁਐਸਚਨ ਦੇ ਵਿੱਚ ਕੀ ਅਲੱਗ ਹੈ ਕਿਸਪੀ ਜਿਹੜੀ ਬਾਰੰਬਾਰਤਾ ਹੈ ਉਹ ਇੱਕ ਬਾਰੰਬਾਰਤਾ ਆਪਾਂ ਨੂੰ ਦਿੱਤੀ ਨਹੀਂ ਹੋਈ ਜੋ ਉਹਰੇ ਐਫ ਦਿਖ ਰਹੀ ਹੈ ਬਾਕੀ ਸਾਰੀਆਂ ਆਪਾਂ ਨੂੰ ਦਿੱਤੀਆਂ ਹੋਈਆਂ ਤੇ ਮੱਧਮਾਨ ਦਿੱਤਾ ਹੋਇਆ 18 ਜਨਰਲੀ ਆਪਾਂ ਨੇ ਮੱਧਮਾਨ ਪਤਾ ਕਰਨਾ ਹੁੰਦਾ ਪਰ ਉਹਰੇ ਆਪਾਂ ਨੂੰ ਮੱਧਮਾਨ ਪਹਿਲਾਂ ਹੀ ਪਤਾ ਤਾਂ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਹ ਜਿਹੜੀ ਆਪਣੇ ਕੋਲ ਰੋਜ਼ਾਨਾ ਜੇਬ ਖਰਚਾ ਰੁਪਇਆ ਵਿੱਚ ਹੈਗਾ ਉਹ ਆਪਾਂ ਲਿਖ ਲਿਆ ਉਸ ਤੋਂ ਬਾਅਦ ਜਿਹੜੀ ਬਾਰੰਬਾਰਤਾ ਹੈ ਉਹ ਲਿਖ ਲਈ ਆਪਾਂ ਨੇ ਐਫ ਉਹ ਤੁਹਾਨੂੰ ਪਤਾ ਹੈ ਕਿ ਆਪਾਂ ਅਗਲੇ ਸਟੈਪ ਤੇ ਵਿੱਚ xi ਜੋ ਕਿ ਇਹਨਾਂ ਦੋਨਾਂ ਸੰਖਿਆਵਾਂ ਦਾ ਮੱਧ ਬਿੰਦੂ ਹੁੰਦਾ ਹੈ ਮਿਡ ਪੁਆਇੰਟ ਉਹ ਪਤਾ ਕਰਾਂਗੇ 11 ਔਰ 13 ਦਾ ਮਿਡ ਕੀ ਆ ਜਾਊਗਾ ਆਪਣੇ ਕੋਲ ਮੱਧ ਆ ਜਾਏਗਾ 12 ਐਵੇਂ ਹੀ 13 ਔਰ 15 ਦਾ 14 ਫਿਰ ਅੱਗੇ 16 18 b 22 ਤੇ ਚੋ ਉਸ ਤੋਂ ਬਾਅਦ ਆਪਾਂ ਕੀ ਕਰਦੇ ਹੁੰਨੇ ਆ ਆਪਾਂ FI ਨੂੰ XI ਦੇ ਨਾਲ ਮਲਟੀਪਲਾਈ ਕਰਦੇ ਆ ਜੇ ਆਪਾਂ ਡਾਇਰੈਕਟ ਮੈਥਡ ਲਗਾਉਣਾ ਹੋਵੇ ਤਾਂ ਆਪਾਂ 7 ਨੂੰ 12 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ 84 6 ਨੂੰ 14 ਨਾਲ ਕਰਾਂਗੇ ਤਾਂ 84 9 ਨੂੰ 16 ਨਾਲ ਗੁਣਾ ਕਰਾਂਗੇ ਤਾਂ 144 13 ਨੂੰ 18 ਨਾਲ ਗੁਣਾ ਕਰਾਂਗੇ ਤਾਂ 234 f ਨੂੰ ਜਦ v ਨਾਲ ਗੁਣਾ ਕਰਾਂਗੇ ਇੱਕ ਗੁਣਾ ਤਾਂ ਨਹੀਂ ਹੋਏਗਾ ਤਾਂ vf ਲਿਖਿਆ ਜਾਏਗਾ ਉਸ ਤੋਂ ਬਾਅਦ 5 ਨੂੰ ਜਦ 22 ਨਾਲ ਗੁਣਾ ਕਰਾਂਗੇ ਤੇ ਆਜੂਗਾ 110 ਤੇ 4 ਨੂੰ ਜਦ 24 ਨਾਲ ਗੁਣਾ ਕਰਾਂਗੇ ਤਾਂ a ਆ ਜਾਏਗਾ 96 ਉਸ ਤੋਂ ਬਾਅਦ ਇਹਨਾਂ ਸਬਦਾਂ ਆਪਾਂ ਜੋੜ ਕਰ ਲਾਂਗੇ ਉਹ ਹੁੰਦਾ ਸਮੇਸ਼ਨ fi xi ਇਹਨਾਂ ਸਬਦਾਂ ਜੋੜ ਆ vf ਨੂੰ ਛੱਡ ਕੇ vf ਨੂੰ ਆਪਾਂ ਐਵੇਂ ਲਿਖ ਲੈਣੇ ਜਮਾ ਆ ਬਾਕੀ ਸਾਰੀ 1 2 3 4 5 6 ਇਹਨਾਂ 6 ਸੰਖਿਆਵਾਂ ਦਾ ਜੋੜ 752 ਆ ਜਾਏਗਾ ਇਸ ਤੋਂ ਬਾਅਦ ਆਪਾਂ ਨੂੰ ਜਿਹੜਾ ਮੱਧਮਾਨ ਹੈ ਉਹ ਦਿੱਤਾ ਹੋਇਆ ਹੈ ਕਿ ਜਿਹੜਾ ਮੱਧਮਾਨ ਹੈ ਉਹ ਹੈ 18 ਤਾਂ ਜਿਹੜਾ ਮੱਧਮਾਨ ਦਾ ਫਾਰਮੂਲਾ ਹੈ ਆਪਣੇ ਕੋਲ ਉਹ ਕੀ ਹੁੰਦਾ ਹੈ x ਬਾਰ ਮਤਲਬ ਕਿ ਮੱਧਮਾਨ ਸਮੇਸ਼ਨ ਐਫ ਆਈ ਐਕਸ ਆਈ ਬਟੇ ਸਮੇਸ਼ਨ fi ਇਹ ਆਪਣਾ ਫਾਰਮੂਲਾ ਹੈ ਇਸ ਚਾਪਾ ਵੈਲਿਊ ਪੁੱਟ ਕਰਦੇ ਆਂ ਇਹ ਕਿਹਦੇ ਬਰਾਬਰ ਆਜੂ ਸਮਿਸ਼ਨ fi xi ਸੀਗਾ vf 752 बटे ਸਮਿਸ਼ਨ fi ਜਿਹੜਾ ਸੀਗਾ ਉਸੇ 44 f ਇਹਨਾਂ ਦੋਨਾਂ ਦੀ ਵੈਲਿਊ ਪੁੱਟ ਕਰਤੀ x ਬਾਰ ਜਿਹੜਾ ਆਪਣਾ ਮੱਧਮਾਨ ਹੈ ਉਹ ਵੀ ਪਤਾ ਆਪਾਂ ਨੂੰ 18 ਇੱਕ ਸਵਾਲ ਦੇ ਵਿੱਚ ਆਪਾਂ ਨੇ ਦਿੱਤਾ ਹੋਇਆ ਸੀ ਤਾਂ ਇਹ 18 ਦੇ ਬਰਾਬਰ ਹੋ ਗਿਆ ਤਾਂ 18 ਬਰਾਬਰ vf प्लस सत सौ बवंजा बटे 44 जमा एफ इधर जाके मल्टीप्लाई हो होजूगा तो अठारह गुना चवाली प्लस एफ बराबर वी एफ प्लस सत्त सौ बवंजा इन अठारह ना गुना करा ये बन जूगा सत्त सौ बानवे प्लस अठारह ना गुना करेंगे तो अठारह एफ बराबर वी एफ प्लस सत्त सौ बवंजा उस तो बाद 792 ਨੂੰ ਇੱਧਰ ਰੱਖਦੇ ਹੋਏ 752 ਨੂੰ ਇੱਧਰ लेਜਣਿਆ -752 vf ਇੱਧਰ ਹੀ ਹੈ ਤੇ 18f ਉਧਰ ਚਲਾ ਜਾਊਗਾ 792 ਵਿੱਚੋਂ ਜਦ 752 ਮਾਈਨਸ ਕਰਾਂਗੇ ਤਾਂ ਇਹ ਆ ਜਾਊਗਾ 40 vf 18f ਹੋ ਜਾਏਗਾ 2f ਦੋ ਨੂੰ نیچے ਲਿਆਓ 40 2 f ਰਹਿ ਜਾਏਗਾ ਇਹ ਘੱਟ ਕੇ 20 ਆ ਗਿਆ ਤਾਂ f ਦੀ ਜਿਹੜੀ ਵੈਲਿਊ ਹੈ ਆਪਣੇ ਕੋਲ f ਦਾ ਜਿਹੜਾ ਮੁੱਲ ਹੈ ਉਹ 20 ਆ ਗਿਆ ਜੋ ਕਿ ਆਪਣਾ ਆਨਸਰ ਹੈ ਤਾਂ ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਜੇ ਨਹੀਂ ਆਂਦਾ ਤਾਂ بار بار ਇਸ ਨੂੰ ਵੀਡੀਓ ਨੂੰ ਦੇਖੋ ਤੇ ਫਿਰ ਵੀ ਜੇ ਕੋਈ ਦਿੱਕਤ ਹੈ ਤਾਂ ਆਪਾਂ ਕਲਾਸ ਡਿਸਕਸ ਕਰ ਲਾਂਗੇ